ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਇੱਕ ਖਾਸ ਗੱਲਬਾਤ, ਜਿਹਦੇ ਵਿੱਚ ਆਪਣਾ ਖਰਚਾ ਖੇਚਲ ਕੋਈ ਨਹੀਂ ਹੈ, ਪਰ ਜੇ ਆਪਾਂ ਇਹ ਜਿਹੜੇ ਗੱਲ ਵੱਲ ਧਿਆਨ ਦਿੰਦੇ ਹਾਂ ਤਾਂ ਝੋਨੇ ਦੀ ਫਸਲ ਦੇ ਵਿੱਚ, ਬਾਸਮਤੀ ਦੀ ਫਸਲ ਦੇ ਵਿੱਚ ਉੱਲੀ ਰੋਗ ਅਤੇ ਫੋਕ, ਜਿਹਦਾ ਕਿ ਸਿੱਧਾ ਪ੍ਰਭਾਵ ਝਾੜ 'ਤੇ ਪੈਂਦਾ, ਆਪਾਂ ਕਾਫੀ ਹੱਦ ਤੱਕ ਬਚਾ ਸਕਦੇ ਹਾਂ। ਅਤੇ ਚੰਗਾ ਅਤੇ ਕੁਆਲਿਟੀ ਵਾਲਾ ਜਿਹੜਾ ਝਾੜ ਹੈ, ਉੱਤਮ ਕੁਆਲਿਟੀ ਦੀ ਅਤੇ ਚੰਗੇ ਝਾੜ ਦੀ ਜਿਹੜੀ ਪੈਦਾਵਾਰ ਆਪਾਂ ਲੈ ਸਕਦੇ ਹਾਂ। ਇਹਦੇ ਵਿੱਚ ਕਿਸਾਨ ਵੀਰੋ ਕੋਈ ਲੰਬੀ ਚੌੜੀ ਜਿਹੜੀ ਗੱਲ ਨਹੀਂ, ਖਾਸ ਨਹੀਂ ਗੱਲ, ਪਰ ਆਪਾਂ ਆਪਣਾ ਜਿਹੜਾ ਫਾਰਮੂਲਾ ਨੇ, ਜਿਹੜਾ ਆਪਾਂ ਪਾਣੀ ਲਾਉਣ ਦਾ ਤਰੀਕਾ ਹੈ, ਕਾਫੀ ਸਾਲਾਂ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਇਹਦੇ ਬਾਰੇ ਆਪਾਂ ਹਰ ਵਾਰ ਜਾਣਕਾਰੀ ਵੀ ਸਾਂਝੀ ਕਰਦੇ, ਪਰ ਕਾਫੀ ਵੱਡੇ ਪੱਧਰ ਦੇ ਕਿਸਾਨ ਵੀਰਾਂ ਜਿਹੜਾ ਪਾਣੀ ਲਾਉਣ ਦਾ ਤਰੀਕਾ ਨਾ, ਝੋਨੇ ਦੇ ਵਿੱਚ ਆਪਾਂ ਜਦੋਂ ਪਾਣੀ ਛੱਡਣਾ ਹੈ ਕੱਦੂ ਕਰਨ ਤੋਂ ਬਾਅਦ 15-18 ਦਿਨ ਤੱਕ ਆਪਾਂ ਪਾਣੀ 2 ਹਫ਼ਤਿਆਂ ਤੱਕ ਖੜ੍ਹਾ ਰੱਖਣਾ ਹੁੰਦਾ। ਉਹ ਤੁਹਾਨੂੰ ਪਤਾ ਹੀ ਹੈ ਵੀ ਨਦੀਨਾਂ ਦਾ ਕੰਟਰੋਲ ਕਰਨਾ, ਖੇਤ 'ਚ ਤ੍ਰਿੜਨਾ ਪਾਟਣ, ਅਤੇ ਉਦੋਂ ਬਾਅਦ ਆਪਾਂ ਖੇਤ ਨੂੰ ਹਵਾ ਲਵਾ ਕੇ ਪਾਣੀ ਲਾਉਣਾ ਹੁੰਦਾ। ਖੇਤ ਨੂੰ ਪਾਣੀ ਲਾਇਆ ਆਪਾਂ, ਖੇਤ ਤੋਂ ਪਾਣੀ ਜੀਰ ਗਿਆ ਤਾਂ 2 ਦਿਨ ਬਾਅਦ ਪਾਣੀ ਛੱਡਣਾ ਹੁੰਦਾ। ਪਰ ਉਹਦੇ ਵਿੱਚ ਕਈ ਕਿਸਾਨ ਵੀਰ ਕਹਿੰਦੇ ਕਿ ਸਾਡੇ ਚੂਹੇ ਦੀ ਸਮੱਸਿਆ ਆਉਂਦੀ ਹੈ, ਕਈ ਕਿਸਾਨ ਵੀਰ ਕਹਿੰਦੇ ਸਾਡੇ ਤੋਂ ਪਾਣੀ ਜਿਹੜਾ ਹੈਗਾ ਪੂਰਾ ਕਰਨ ਦੀ ਸਮੱਸਿਆ ਆਉਂਦੀ, ਕਿ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ, ਤਾਂ ਕਰਕੇ ਅਸੀਂ ਪਾਣੀ ਲਗਾਤਾਰ ਛੱਡੀ ਰੱਖਦੇ ਹਾਂ। ਦੇਖੋ ਜਿਹੜਾ ਚੂਹਾ ਕੰਟਰੋਲ ਕਰਨਾ, ਆਪਾਂ ਚੂਹੇ ਨੂੰ ਆਪਾਂ ਚੂਹੇ ਵਾਲੀ ਦਵਾਈ ਨਾਲ ਜਾਂ ਚੂਹੇ ਨੂੰ ਕੰਟਰੋਲ ਕਰਨ ਵਾਲੇ ਤਰੀਕੇ ਨਾਲ ਕੰਟਰੋਲ ਕਰਨਾ, ਇਹ ਨਹੀਂ ਕਿ ਆਪਾਂ ਪਾਣੀ ਜਿਹੜਾ ਹੈਗਾ ਖੇਤ ਦੇ ਵਿੱਚ ਭਰ ਕੇ ਚੂਹਾ ਕੰਟਰੋਲ ਕਰੀਏ। ਉਹਦੇ ਨਾਲ ਆਪਣਾ ਡਬਲ ਨੁਕਸਾਨ ਹੈ, ਇੱਕ ਪਾਣੀ ਦਾ ਨੁਕਸਾਨ ਤਾਂ ਹੈਗਾ ਹੀ ਹੈਗਾ, ਫਸਲ ਦਾ ਨੁਕਸਾਨ ਵੀ ਹੁੰਦਾ, ਮੁੱਢਾਂ ਦਾ ਗਾਲਾ ਪੈਣਾ ਫਸਲ ਦੇ ਵਿੱਚ, ਜਦੋਂ ਮੁੱਢਾਂ ਦਾ ਗਾਲਾ ਪੈ ਗਿਆ, ਮੁੱਢ ਗਲਣ ਲੱਗ ਪਏ, ਜਦੋਂ ਉਹਨੂੰ ਫਸਲ ਗੋਭ 'ਚ ਜਾਣੀ ਹੈ ਤਾਂ ਉਹਦੀ ਜਿਹੜੀ ਮਟੀਰੀਅਲ ਦੀ ਸਪਲਾਈ ਹੈ, ਤੱਤਾਂ ਦੀ ਅਪਟੇਕ ਹੈ ਜਾਂ ਮੂਵਮੈਂਟ ਆ, ਅਤੇ ਉਹ ਨਹੀਂ ਫਸਲ ਨੇ ਜਿਹੜਾ ਹੈਗਾ ਤਾਕਤ ਦੇ ਨਾਲ ਖੜੀ ਰਹਿਣਾ ਕਿ ਫਸਲ ਡਿੱਗੇ ਨਾ ਮਗਰੋਂ ਆ ਕੇ, ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ। ਇਸ ਕਰਕੇ ਆਮ ਤੌਰ 'ਤੇ ਕਿਸਾਨ ਵੀਰ ਕੀ ਆ ਕਿ ਆਪਾਂ ਪਾਣੀ ਲਗਾਤਾਰ ਖੇਤ 'ਚ ਭਰੀ ਰੱਖਦੇ ਹਾਂ, ਖੜ੍ਹੇ ਪਾਣੀ 'ਚ ਯੂਰੀਆ ਠੋਕਦੇ ਰਹਿੰਦੇ ਹਾਂ, ਤਣਾ ਕਮਜ਼ੋਰ ਹੋ ਜਾਂਦਾ, ਗਾਲਾ ਸ਼ੁਰੂ ਹੋ ਜਾਂਦਾ, ਉਹਦੇ ਵਿੱਚ ਫਿਰ ਆਪਾਂ ਉੱਲੀ ਨਾਸ਼ਕ ਵਰਤਦੇ ਹਾਂ। ਜਦੋਂ ਉਹ ਫਸਲ ਗੋਭ 'ਚ ਜਾਂਦੀ ਹੈ ਫਿਰ ਆਪਾਂ ਨੂੰ ਜਿਹੜੀ ਪਾਣੀ ਸੁਕਾਉਣ ਦੀ ਜ਼ਰੂਰਤ ਪੈ ਜਾਂਦੀ, ਕਿਉਂਕਿ ਕਈ ਵਾਰ ਰੋਗ ਆ ਜਾਂਦਾ, ਦੌਗੀਆਂ ਦੇ ਵਿੱਚ ਆਪਾਂ ਨੂੰ ਖੇਤ ਨੂੰ ਹਵਾ ਲਵਾਉਣੀ ਪੈ ਜਾਂਦੀ ਆ, ਉਸ ਟਾਈਮ 'ਤੇ ਜਿਹੜੀ ਸਟ੍ਰੈਸ ਪੈਣੀ ਆ ਉਹਦੇ ਨਾਲ ਫਿਰ ਫੋਕ ਬਣ ਜਾਂਦੀ ਆ। ਹਾਲਾਂਕਿ ਜਦੋਂ ਫਸਲ PI ਸਟੇਜ 'ਤੇ ਆ ਗਈ, ਜਦੋਂ ਫਸਲ ਉਦੂਗਾਂ ਗੋਭ 'ਚ ਆ ਗਈ, ਨਸਾਰਾ ਹੋਣ ਤੱਕ, ਮੁੰਜਰਾਂ ਕੱਢਣ ਤੱਕ ਅਤੇ ਫਲਾਵਰਿੰਗ ਕੰਪਲੀਟ ਹੋਣ ਤੱਕ ਪਤਲਾ ਪਤਲਾ ਪਾਣੀ ਖੇਤ 'ਚ ਹੋਣਾ ਚਾਹੀਦਾ, ਜਾਂ ਆਪਾਂ ਐਂ ਕਹਿ ਲਈਏ ਕਿ ਪਾਣੀ ਦੀ ਸਟ੍ਰੈਸ ਲੱਗਣੀ ਨਹੀਂ ਚਾਹੀਦੀ। ਹਵਾ ਜੇ ਆਪਾਂ ਕਹਿ ਦਈਏ ਨਾ ਖੇਤ ਨੂੰ ਹਵਾ ਲਵਾ ਦਈਏ, ਉਹ ਟਾਈਮ ਨਹੀਂ ਹੁੰਦਾ। ਅਤੇ ਜੇ ਆਪਾਂ ਪਹਿਲਾਂ ਹਵਾ ਲਵਾਈ ਵੀ ਹੋਊਗੀ ਵਰਾਇਟੀ ਦੇ ਹਿਸਾਬ ਨਾਲ, ਜਿਵੇਂ 26 ਵਰਾਇਟੀ ਆ, ਉਹ ਜਾ ਕੇ 50 ਦਿਨ ਦੇ ਨੇੜੇ ਤੇੜੇ ਨਸਾਰੇ 'ਤੇ ਆ ਜਾਂਦੀ, 50-55 ਦਿਨ 'ਤੇ। ਜਿਹੜੀਆਂ ਲੰਬੇ ਸਮੇਂ ਵਾਲੀਆਂ ਕਿਸਮਾਂ ਉਹ 70-80 ਦਿਨ 'ਤੇ ਜਾ ਕੇ ਨਸਾਰੇ ਦੇ ਨੇੜੇ, 85 ਦਿਨ 'ਤੇ, 90 ਦਿਨ 'ਤੇ ਜਿਹੜੀਆਂ ਹੈਗੀਆਂ ਨਸਾਰਾ ਕਰਦੀਆਂ, ਉਦੋਂ ਬਾਅਦ ਫਲਾਵਰਿੰਗ 95 ਦਿਨ 'ਤੇ ਜਾ ਕੇ, 90-95 ਦਿਨ 'ਤੇ ਹੁੰਦੀ ਆ। ਤਾਂ ਇਸ ਕਰਕੇ ਬੇਨਤੀ ਆ, ਸਭ ਤੋਂ ਜ਼ਰੂਰੀ ਆ, ਖੇਤ ਨੂੰ ਹੁਣ ਹਵਾ ਲਵਾ ਦਿਓ, ਹੁਣ ਮੌਕਾ। ਇਦੋਂ ਬਾਅਦ ਫਸਲਾਂ ਸਾਰੀਆਂ ਜਿਹੜੀਆਂ ਤਕਰੀਬਨ ਜਿਹੜੀਆਂ ਸਮੇਂ ਸਿਰ ਲੱਗੀਆਂ ਵਰਾਇਟੀਆਂ ਨੇ ਨੇੜੇ ਤੇੜ, ਦਸੰਬਰ ਅੱਧ ਜਾਂ ਸੋਰੀ ਅਗਸਤ ਅੱਧ ਅਤੇ ਉਦੋਂ ਬਾਅਦ ਜਿਹੜੀਆਂ ਹੈਗੀਆਂ ਤਕਰੀਬਨ ਗੋਭ ਦੇ ਨੇੜੇ ਤੇੜੇ ਉਹਨਾਂ ਨੇ ਪਹੁੰਚਣ ਲੱਗ ਪੈਣਾ। ਹੁਣ ਟਾਈਮ ਆਪਾਂ 2-3 ਵਾਰ ਖੇਤ ਨੂੰ ਹਵਾ ਲਵਾ ਦਈਏ ਟਿਕਾ ਕੇ, ਉੱਲੀ ਰੋਗ ਫੋਕ ਖੇਤ 'ਚ ਤੁਸੀਂ ਆਪਦੀ ਫਸਲ ਦੇ ਵਿੱਚ ਭੁੱਲ ਜਾਓਗੇ, ਵਾਧੂ ਆਪਾਂ ਨੂੰ ਖਰਚਾ ਵੀ ਬਚੂਗਾ, ਕੁਆਲਿਟੀ ਵੀ ਸ਼ਾਨਦਾਰ ਬਣੂਗੀ, ਫਸਲ ਵੀ ਸਟਰੋਂਗ ਰਹੂਗੀ, ਡਿੱਗਣ ਤੋਂ ਵੀ ਬਚਾਅ ਹੋਊਗਾ, ਮੁੱਢਾਂ ਦੇ ਗਾਲੇ ਤੋਂ ਵੀ ਬਚਾਅ ਰਹੂਗਾ, ਅਤੇ ਵੱਡੀ ਗੱਲ ਫੋਕ,
ਫੂਕ ਵਾਸਤੇ ਤੁਹਾਨੂੰ ਦੱਸਿਆ ਕਿ ਤਾਂ ਜਿਹੜੀ ਜਿੰਕ ਵਾਲੀਆਂ ਆਪਾਂ ਸਪਰੇਆਂ ਕਰਨੀਆਂ ਨੇ ਜਿੱਥੇ ਜਿਵੇਂ ਲੋਹਾ ਤੱਤ ਦੀ ਘਾਟ ਆ ਗਈ ਕਲੀ ਦਾ ਪਾਣੀ ਯੂਰੀ ਜਿਹੜੀਆਂ ਤੁਹਾਨੂੰ ਸਪਰੇਆਂ ਦੱਸੀਆਂ ਹੋਈਆਂ ਨੇ ਦੋ ਤਿੰਨ ਸਪਰੇਆਂ ਉਹ ਅਤੇ ਪਾਣੀ ਦਾ ਬੜਾ ਲਾਉਣ ਦਾ ਤਰੀਕਾ ਫੂਕ ਘਟਾਉਣ 'ਚ ਮਦਦ ਕਰਦਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।